ਕਰਦੇ ਆ ਜੀ ਫਕਰ ਫਕੀਰਾਂ ਦੀ। ਇੱਕ ਜ਼ਰੂਰੀ ਬੇਨਤੀ ਜੋ ਬਾਰ ਬਾਰ ਪਹਿਲਾਂ ਵੀ ਸਟੇਜ ਤੋਂ ਕਿਹਾ ਗਿਆ ਕਈ ਵਾਰ ਕਿ ਜੋ ਦਰਬਾਰ ਜਿੱਥੇ ਆਪਾਂ ਬੈਠੇ ਹਾਂ ਬਾਬਾ ਬੇਦੀ ਸ਼ਾਹ ਜੀ ਇਹਨਾਂ ਦੇ ਨਾਮ ਦਾ ਇਸ ਦਰਬਾਰ ਦੇ ਨਾਂ ਦਾ ਇੱਕ ਪੇਜ ਫੇਸਬੁੱਕ ਤੇ ਬਣਾਇਆ ਗਿਆ। ਤੁਸੀਂ ਸਾਰਿਆਂ ਨੇ ਇਸ ਨੂੰ ਲਾਈਕ ਕਰਨਾ ਔਰ ਇਸ ਦੀਆਂ ਜੋ ਪੋਸਟ ਜੋ ਵੀ ਇਹਤੇ ਪੈਂਦੀਆਂ ਨੇ ਅਪਲੋਡ ਹੁੰਦਾ ਕੁਛ ਵੀ ਤੁਸੀਂ ਸਾਰਿਆਂ ਨੇ ਦੇਖਣਾ ਵੀ ਹੈ ਲਾਈਕ ਵੀ ਕਰਨਾ ਔਰ ਸ਼ੇਅਰ ਵੀ ਕਰਨਾ ਅੱਗੇ ਦੀ ਅੱਗੇ। ਹਾਂਜੀ ਗੱਲ ਕਰਦੇ ਹਾਂ ਜੀ ਫਕਰ ਫਕੀਰਾਂ ਦੀ। ਫਕੀਰੀ ਤੇ ਅਮੀਰੀ ਇਹ ਬੜੀ ਕਿਸਮਤ ਨਾਲ ਬੜੇ ਭਾਗਾਂ ਵਾਲਿਆਂ ਨੂੰ ਮਿਲਦੀ ਆ। ਫਕੀਰੀ ਐਵੇਂ ਨਹੀਂ ਮਿਲਦੀ, ਫਕੀਰੀ ਪਾਉਣ ਲਈ ਫਕਰ ਹੋਣਾ ਪੈਂਦਾ। ਫਕਰਾਂ ਦੀ ਗੱਲ ਕਰਦੇ ਹਾਂ ਜੀ। ਹਾਂਜੀ ਕਿਹੋ ਜਿਹੇ ਹੁੰਦੇ ਨੇ ਫਕਰ? ਹਾਂਜੀ ਜੇ ਮਨ ਨੂੰ ਸਮਝਾ ਨਹੀਂ ਸਕਦਾ ਕਿੱਦਾਂ ਫਕੀਰੀ ਪਾਈ ਜਾਂਦੀ ਹੈ। ਹੋ ਜੇ ਮਨ ਨੂੰ ਸਮਝਾ ਨਹੀਂ ਸਕਦਾ ਮਨ ਦੀ ਮਹਿਲ ਗਵਾ ਨਹੀਂ ਸਕਦਾ, ਹੋ ਜੇ ਆਪਣਾ ਆਪ ਭੁਲਾ ਨਹੀਂ ਸਕਦਾ ਮਨੂੰ ਫੇਰ ਫਕੀਰੀ ਪਾ ਨਹੀਂ ਸਕਦਾ ਵੀ ਪਾ ਨਹੀਂ ਸਕਦਾ ਵੀ। ਇੱਕ ਫਕਰ ਉਹ ਵੀ ਹੋਏ ਨੇ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੀ ਧਰਤੀ ਤੇ ਅਸੀਂ ਬੈਠੇ ਹਾਂ ਚਰਨ ਛੋਹ ਪ੍ਰਾਪਤ ਮਾਛੀਵਾੜਾ ਸਾਹਿਬ ਦੀ ਧਰਤੀ ਮੇਰਾ ਆਪਣਾ ਸ਼ਹਿਰ। ਉਹ ਵੀ ਇੱਕ ਫਕਰ ਹੋਏ ਨੇ ਜਿਨ੍ਹਾਂ ਨੇ ਸਾਡੇ ਸਾਰਿਆਂ ਨੇ ਆਪਣਾ ਪੂਰਾ ਸਰਬੰਸ ਪੂਰਾ ਪਰਿਵਾਰ ਵਾਰ ਦਿੱਤਾ। ਥੈਂਕ ਯੂ ਜੀ। ਮੇਰੇ ਆਪਣੇ ਪਰਿਵਾਰ ਦੇ ਵਿੱਚੋਂ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਦਿੱਤਾ ਗਿਆ। ਥੈਂਕ ਯੂ ਜੀ ਸਾਰਿਆਂ ਦਾ। ਹਾਂਜੀ ਹੋ ਜੇ ਮਨ ਨੂੰ ਸਮਝਾ ਨਹੀਂ ਸਕਦਾ ਮਨ ਦੀ ਮਹਿਲ ਗਵਾ ਨਹੀਂ ਸਕਦਾ, ਹੋ ਜੇ ਆਪਣਾ ਆਪ ਭੁਲਾ ਨਹੀਂ ਸਕਦਾ ਤੂੰ ਫੇਰ ਫਕੀਰੀ ਪਾ ਨਹੀਂ ਸਕਦਾ। ਸਭ ਕੁਝ ਆਪਣਾ ਮਾਰ ਮੁਕਾ ਦੇ ਸਭ ਕੁਝ ਆਪਣਾ ਮਾਰ ਮੁਕਾ ਦੇ ਤਨ ਮਨ ਲੇਖੇ ਯਾਰ ਦਿਲਾਂ ਦੇ, ਹੋ ਜੇ ਮੈਨੂੰ ਦਿਲੋਂ ਮੁਕਾ ਨਹੀਂ ਸਕਦਾ ਜੇ ਮੈਨੂੰ ਦਿਲੋਂ ਮੁਕਾ ਨਹੀਂ ਸਕਦਾ ਤੂੰ ਫੇਰ ਫਕੀਰੀ ਪਾ ਨਹੀਂ ਸਕਦਾ ਮਾੜਾ ਪਾ ਕੇ ਸਾਧ ਹੋ ਗਿਆ ਪਰ ਇੱਕ ਗੁੱਜਾ ਰਾਜ਼ ਹੋ ਗਿਆ, ਹੋ ਮਾੜਾ ਪਾ ਕੇ ਸਾਧ ਹੋ ਗਿਆ ਪਰ ਇੱਕ ਗੁੱਜਾ ਰਾਜ਼ ਹੋ ਗਿਆ, ਹੋ ਜੇ ਉਸ ਨਾਲ ਅੱਖ ਮਿਲਾ ਨਹੀਂ ਸਕਦਾ ਤੂੰ ਫੇਰ ਫਕੀਰੀ ਪਾ ਨਹੀਂ ਸਕਦਾ ਕਿ ਪਾ ਨਹੀਂ ਸਕਦਾ ਕਿ ਪਾ। ਫਕਰ ਫਕੀਰਾਂ ਦੀਆਂ ਕੀ ਨਿਸ਼ਾਨੀਆਂ ਨੇ? ਹੋ ਦੁੱਖ ਭੁੱਖ ਤੇ ਹੋ ਕੇ ਹਾਵਾਂ ਇਹ ਸਭ ਕੁਝ ਝੱਲਣਾ ਪੈਂਦਾ ਹੋ ਦੁੱਖ ਭੁੱਖ ਤੇ ਹੋ ਕੇ ਹਾਵਾਂ ਅੱਤ ਦੀ ਗਰਮੀ ਸਰਦ ਹਵਾਵਾਂ ਹੋ ਜੇ ਤਨ ਉੱਤੇ ਹੰਡਾ ਨਹੀਂ ਸਕਦਾ ਤੂੰ ਫੇਰ ਫਕੀਰੀ ਪਾ ਨਹੀਂ ਸਕਦਾ ਅੱਗੇ ਕੀ ਕਹਿੰਦੇ ਨੇ ਇੱਕ ਦਾ ਹੋ ਕੇ ਮਰਨਾ ਪੈਂਦਾ ਇੱਕ ਦਾ ਹੋ ਕੇ ਮਰਨਾ ਪੈਂਦਾ ਇਸ਼ਕ ਚ ਸੂਲੀ ਚੜਨਾ ਪੈਂਦਾ ਹੋ ਜੇ ਜੱਸਿਆ ਜਾਂ ਸਗਾ ਨਹੀਂ ਸਕਦਾ ਤੂੰ ਫੇਰ ਫਕੀਰੀ ਪਾ ਨਹੀਂ ਸਕਦਾ ਤੂੰ ਫੇਰ ਫਕੀਰੀ ਪਾ ਨਹੀਂ ਸਕਦਾ ਨਹੀਂ ਸਕਦਾ ਹੋ ਜੇਠ ਦੇ ਮਹੀਨੇ ਦਾਪਦੇ ਨੇ ਧੂਣੇ
Thank you.
एक बार खुल के थैंक यू जी, थैंक यू सो मच। आज मौसम भी ठीक है जी, दोपहर थोड़ा जा लग रहा सीगा कि मौसम खराब हो जाएगा, पर बहुत वधिया बाबा जी ने कृपा की, असि सारे ठंडे मौसम दे विच बैठे हैं। एक गीत जो पाकिस्तानी गीत है, पाकिस्तान दे विच बहुत मशहूर है और मैं भी रिकॉर्ड करवाया, साइया ओ तुहाडे सामने पेश करन लगी हां जी। तुसी पहला भी मेरा पहला सिंगल ट्रैक आया, तुसी सारे तुहाडे सामने मैं वड्डी हुई हां, बहुत जाने ऐसे चेहरे बैठे ने जिन्हां दे नाल बचपन च मैं खेडती रही हां, मेरियां फ्रेंड्स पहुंचियां हुई ने, मेरियां दीदियां पहुंचियां हुई ने, जिहड़े मेरे नाल पढ़ते रहे ने, बहुत स्ट्रगल किया इस लाइन दे विच, हुण भी कर रहे हां। मेरा पहला ट्रैक तुसी सारे ने सुनिया खूंडा, बहुत ही जल्दी दो होर सिंगल ट्रैक होर भी बहुत कुछ नवा लैके आ रहे हैं, जिवें तुसी पहले गीत नूं प्यार दिता खूंडे नूं उसे तरह ही उम्मीद है तुसी अगे भी प्यार दिंदे रहोगे। वैसे तुहानूं कहण दी लोड़ नहीं है क्योंकि मेरा यह अपना परिवार है, बार बार कह रही हूं कि मेरा अपना परिवार है।